ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਆ। ਅੱਜ ਅਸੀਂ ਬਣਾਵਾਂਗੇ ਤਿਰੰਗਾ ਬਰਫੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 15 ਅਗਸਤ ਨੂੰ ਆਜ਼ਾਦੀ ਦਾ ਦਿਹਾੜਾ ਹੈ ਤੇ ਕੁਝ ਮਿੱਠਾ ਬਣਾਉਣਾ ਤਾਂ ਬਣਦਾ ਹੀ ਆ, ਇਸੇ ਲਈ ਆਪਾਂ ਬਣਾਵਾਂਗੇ ਤਿਰੰਗਾ ਬਰਫੀ। ਤਿਰੰਗਾ ਬਰਫੀ ਜਿਹੜੀ ਆ ਘਰ ਵਿੱਚ ਆ ਮਿਲਣ ਵਾਲੀਆਂ ਸਿਰਫ ਦੋ ਚੀਜ਼ਾਂ ਤੋਂ ਬਣਾਵਾਂਗੇ ਜੋ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਆਮ ਮਿਲ ਜਾਂਦੀਆਂ। ਬਿਨਾਂ ਚਾਸ਼ਨੀ, ਬਿਨਾਂ ਕੰਡੈਂਸ ਮਿਲਕ, ਬਿਨਾਂ ਮਿਲਕ ਪਾਊਡਰ ਦੇ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਚਲੋ ਫਿਰ ਵੀਡੀਓ ਸਟਾਰਟ ਕਰਦੇ ਹਾਂ। ਬਰਫੀ ਬਣਾਉਣ ਦੇ ਲਈ ਮੈਂ ਇੱਕ ਕੜਾਹੀ ਲਈ ਆ। ਕੜਾਹੀ ਨੂੰ ਮੈਂ ਮੀਡੀਅਮ ਫਲੇਮ ਦੇ ਉੱਪਰ ਰੱਖਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 3 ਤੋਂ 4 ਚਮਚ ਦੇਸੀ ਘਿਓ। ਘਿਓ ਨੂੰ ਹਲਕਾ ਜਿਹਾ ਮੈਲਟ ਹੋਣ ਦੇਵਾਂਗੇ। ਘਿਓ ਮੈਲਟ ਹੋ ਗਿਆ ਆ, ਹੁਣ ਆਪਾਂ ਕੀ ਕਰਾਂਗੇ, ਇਹ ਮੈਂ 2 ਕੌਲੀਆਂ ਬਰੀਕ ਸੂਜੀ ਲਈ ਆ, ਇਹ ਪਾ ਦਾਂਗੇ। ਗੈਸ ਦੀ ਫਲੇਮ ਜਿਹੜੀ ਮੈਂ ਬਿਲਕੁਲ ਲੋ ਕਰ ਦਿੱਤੀ ਆ। ਹੁਣ ਆਪਾਂ ਸੂਜੀ ਨੂੰ 3 ਤੋਂ 4 ਮਿੰਟ ਲਈ ਭੁੰਨਣਾ ਹੈ ਘਿਓ ਦੇ ਨਾਲ। ਇਹਦਾ ਕਲਰ ਜਿਹੜਾ ਬਿਲਕੁਲ ਵੀ ਚੇਂਜ ਨਹੀਂ ਹੋਣਾ ਚਾਹੀਦਾ, ਆਪਾਂ ਇਹਨੂੰ ਕੋਈ ਵੀ ਗੋਲਡਨ ਬਰਾਊਨ ਨਹੀਂ ਕਰਨਾ ਹੈਗਾ, ਸਿਰਫ ਸੂਜੀ ਦਾ ਕੱਚਾਪਨ ਦੂਰ ਕਰਨਾ ਹੈ। ਸੂਜੀ ਨੂੰ 3 ਤੋਂ 4 ਮਿੰਟ ਲਗਾਤਾਰ ਹਿਲਾਉਂਦੇ ਹੋਏ ਮੈਂ ਇਹਨੂੰ ਭੁੰਨ ਲਿਆ। ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਇਆ ਹੈਗਾ, ਬਿਲਕੁਲ ਐਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਇਹਦਾ ਪਤਾ ਕਿੱਦਾਂ ਲੱਗੂਗਾ ਕਿ ਸੂਜੀ ਜਿਹੜੀ ਆ ਪੱਕ ਗਈ ਹੈ, ਇਹਦਾ ਕੱਚਾਪਨ ਦੂਰ ਹੋ ਗਿਆ ਹੈ। ਜਦੋਂ ਆਪਾਂ ਇਹਨੂੰ ਇੱਦਾਂ ਹਿਲਾਉਂਦੇ ਹਾਂ ਤੇ ਇਹਦੇ ਵਿੱਚ ਜਿਹੜੀ ਥੋੜੀ ਥੋੜੀ ਹਲਕੀ ਹਲਕੀ ਛਣ ਛਣ ਦੀ ਆਵਾਜ਼ ਆਉਂਦੀ ਹੈ ਤੇ ਬਹੁਤ ਹੀ ਵਧੀਆ ਖੁਸ਼ਬੂ ਵੀ ਜਿਹੜੀ ਆਉਂਦੀ ਪਈ ਹੈ, ਤਾਂ ਪਤਾ ਚੱਲ ਜਾਂਦਾ ਕਿ ਸੂਜੀ ਜਿਹੜੀ ਆ ਉਹ ਪੱਕ ਗਈ ਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਾਰੀਅਲ ਦਾ ਬਰਾਤਾ। ਇਹ ਸੁੱਕਾ ਨਾਰੀਅਲ ਮੈਂ ਲੈ ਕੇ ਉਹਦਾ ਜਿਹੜਾ ਉੱਪਰਲਾ ਹਿੱਸਾ ਜਿਹੜਾ ਹੁੰਦਾ ਹੈ ਉਹ ਉਤਾਰ ਕੇ ਤੇ ਬਾਕੀ ਜਿਹੜਾ ਉਹਦਾ ਵਿਚਲਾ ਹਿੱਸਾ ਹੈ ਉਹਨੂੰ ਮਿਕਸੀ ਦੇ ਵਿੱਚ ਪੀਸ ਲਿਆ ਹੈ। ਇਹਨੂੰ ਵੀ ਆਪਾਂ ਸੂਜੀ ਦੇ ਨਾਲ 2 ਮਿੰਟ ਲਈ ਜਿਹੜਾ ਆਪਾਂ ਭੁੰਨ ਲਾਂਗੇ। ਇਹਦੇ ਨਾਲ ਜਿਹੜੀ ਬਹੁਤ ਵਧੀਆ ਟੇਸਟ ਆਉਂਦਾ ਹੈ ਨਾਰੀਅਲ ਦੇ ਬਰਾਦੇ ਦੇ ਨਾਲ, ਬਿਲਕੁਲ ਆਪਸ਼ਨਲ ਹੈ, ਤੁਸੀਂ ਚਾਹੋ ਤਾਂ ਇਹਨੂੰ ਛੱਡ ਵੀ ਸਕਦੇ ਹੋ, ਬਟ ਇਹਦੇ ਨਾਲ ਜਿਹੜਾ ਟੇਸਟ ਆ ਉਹ ਬਹੁਤ ਵਧੀਆ ਆਉਂਦਾ ਹੈ। ਨਾਰੀਅਲ ਦੇ ਬਰਾਦੇ ਨੂੰ ਵੀ ਮੈਂ ਸੂਜੀ ਦੇ ਨਾਲ 2 ਮਿੰਟ ਲਈ ਭੁੰਨ ਲਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ। ਮੈਂ ਇਹੀ ਦੋ ਕੌਲੀਆਂ ਸੂਜੀ ਲਈ ਸੀ ਤੇ 1 ਕੌਲੀ ਮੈਂ ਲੱਗੀ ਆ ਲੈਣ ਚੀਨੀ। ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਚੀਨੀ। ਚੀਨੀ ਨੂੰ ਵੀ ਮਿਕਸ ਕਰ ਦਾਂਗੇ ਤੇ ਇਹਦੇ ਮੈਲਟ ਹੋ ਜਾਣ ਤੱਕ ਆਪਾਂ ਵੇਟ ਕਰਾਂਗੇ। ਚੰਗੇ ਤਰੀਕੇ ਨਾਲ ਮਿਲਾ ਲੈਣਾ ਹੈ। ਤੁਸੀਂ ਚਾਹੋ ਤਾਂ ਜਿਹੜਾ ਚੀਨੀ ਦਾ ਪਾਊਡਰ ਉਹ ਵੀ ਲੈ ਸਕਦੇ ਹੋ, ਉਹ ਛੇਤੀ ਮੈਲਟ ਹੋ ਜਾਂਦਾ ਹੈ। ਚੀਨੀ ਕਾਫੀ ਹੱਦ ਤੱਕ ਪਿਘਲ ਗਈ ਹੈ। ਹੁਣ ਆਪਾਂ ਕੀ ਕਰਾਂਗੇ, ਇਹ ਜਿਹੜੇ ਨਾਰਮਲ ਚਾਹ ਵਾਲੇ ਕੱਪ ਹੁੰਦੇ ਆ ਇਹੀ 2 ਕੱਪ ਜਿਹੜਾ ਦੁੱਧ ਮੈਂ ਇਹਦੇ ਵਿੱਚ ਪਾਉਣ ਲੱਗੀ ਆ। ਇਹ ਨਾਰਮਲ ਉਬਲਿਆ ਹੋਇਆ ਦੁੱਧ ਆ ਤੇ ਇਸ ਵੇਲੇ ਰੂਮ ਟੈਂਪਰੇਚਰ ਤੇ ਆ। ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤੇ ਮਿਕਸ ਕਰਦੇ ਜਾਵਾਂਗੇ। ਫਰੈਂਡਸ, ਇਹ ਬਰਫੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਕਿਉਂਕਿ ਇਹਨੂੰ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਬਣਦੀ ਵੀ ਬਹੁਤ ਜ਼ਿਆਦਾ ਟੇਸਟੀ ਆ। ਕੋਈ ਇਹਦੇ ਵਿੱਚ ਆਪਾਂ ਬਾਹਰਲਾ ਜਿਹੜਾ ਹੈ ਸਮਾਨ ਜ਼ਿਆਦਾ ਆਪਾਂ ਯੂਜ਼ ਨਹੀਂ ਕਰਨਾ, ਬਿਲਕੁਲ ਜਿਹੜੀਆਂ ਘਰ ਵਿੱਚ ਆਮ ਚੀਜ਼ਾਂ ਮਿਲ ਜਾਂਦੀਆਂ ਉਹੀ ਚੀਜ਼ਾਂ ਦੇ ਨਾਲ ਇਹ ਬਰਫੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ। ਕੋਈ ਅਲੱਗ ਤੋਂ ਚਾਸ਼ਨੀ ਨਹੀਂ ਬਣਾਉਣੀ ਪੈਂਦੀ ਇਹਦੇ ਵਿੱਚ, ਕੋਈ ਜਿਹੜਾ ਕੰਡੈਂਸ ਮਿਲਕ ਨਹੀਂ ਚਾਹੀਦਾ, ਕੋਈ ਮਿਲਕ ਪਾਊਡਰ ਨਹੀਂ ਚਾਹੀਦਾ। ਦੁੱਧ ਦੇ ਨਾਲ ਹੀ ਜਿਹੜੀ ਬਰਫੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ। ਮਿਕਸ ਕਰ ਦਾਂਗੇ ਦੁੱਧ ਨੂੰ ਚੰਗੇ ਤਰੀਕੇ ਨਾਲ। ਸਾਰਾ ਦੁੱਧ ਮੈਂ ਪਾ ਦਿੱਤਾ ਹੈ ਤੇ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ, ਲਗਾਤਾਰ ਹਿਲਾਉਂਦੇ ਰਹਿਣਾ ਆ ਤੇ ਗੈਸ ਦੀ ਫਲੇਮ ਜਿਹੜੀ ਹੈ ਲੋ ਟੂ ਮੀਡੀਅਮ ਰੱਖੀ ਹੈ। ਕੋਈ ਵੀ ਜਿਹੜੀ ਇਹਦੇ ਵਿੱਚ ਗੁਠਲੀਆਂ ਨਹੀਂ ਹੋਣੀਆਂ ਚਾਹੀਦੀਆਂ। ਦੁੱਧ ਮੈਂ ਚੰਗੇ ਤਰੀਕੇ ਨਾਲ ਮਿਕਸ ਕਰ ਦਿੱਤਾ ਆ, ਤੁਸੀਂ ਦੇਖ ਸਕਦੇ ਹੋ, ਤੇ ਚੀਨੀ ਵੀ ਜਿਹੜੀ ਪਿਘਲ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਮਿਕਸਚਰ ਹੈ ਕਾਫੀ ਜਿਹੜਾ ਹੈ ਪਤਲਾ ਹੋ ਗਿਆ, ਲਿਕੁਇਡ ਹੀ ਹੋ ਗਿਆ ਹੈ। ਹੁਣ ਆਪਾਂ ਸੂਜੀ ਨੂੰ 3 ਤੋਂ 4 ਮਿੰਟ ਲਈ ਹੋਰ ਭੁੰਨਣਾ ਆ ਤਾਂ ਕਿ ਜਿਹੜਾ ਥੋੜਾ ਮਿਕਸਚਰ ਹੈ ਇਹ ਗਾੜਾ ਹੋ ਸਕੇ, ਲਗਾਤਾਰ ਹਿਲਾਉਂਦੇ ਰਹਿਣਾ ਹੈ। ਤੁਸੀਂ ਦੇਖ ਸਕਦੇ ਹੋ ਮਿਕਸਚਰ ਜਿਹੜਾ ਆ ਪਹਿਲਾਂ ਨਾਲੋਂ ਕਾਫੀ ਗਾੜਾ ਹੋ ਗਿਆ ਹੈ ਤੇ ਇਹਨੇ ਆਪਣੀਆਂ ਜਿਹੜੀਆਂ ਸਾਈਡਸ ਹੈ ਉਹ ਵੀ ਛੱਡਣੀਆਂ ਸ਼ੁਰੂ ਕਰਤੀਆਂ, ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਗੈਸ ਜਿਹੜਾ ਬੰਦ ਕਰ ਦਾਂਗੇ ਤੇ ਮਿਕਸਚਰ ਨੂੰ ਥੋੜਾ ਜਿਹਾ ਠੰਡਾ ਹੋਣ ਲਈ ਛੱਡ ਦਾਂਗੇ। ਜਿੱਦਾਂ ਜਿੱਦਾਂ ਇਹ ਠੰਡਾ ਹੁੰਦਾ ਜਾਣਾ ਇਹਨੇ ਥੋੜਾ ਜਿਹਾ ਹੋਰ ਡਰਾਈ ਹੁੰਦਾ ਜਾਣਾ ਹੈ। ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਠੰਡਾ ਹੋਣ ਲਈ ਸਾਈਡ ਤੇ ਛੱਡ ਦਾਂਗੇ। ਜਦੋਂ ਤੱਕ ਬਰਫੀ ਦਾ ਮਿਕਸਚਰ ਠੰਡਾ ਹੁੰਦਾ ਪਿਆ ਉਦੋਂ ਤੱਕ ਆਪਾਂ ਕੀ ਕਰਾਂਗੇ, ਜਿਹਦੇ ਵਿੱਚ ਆਪਾਂ ਬਰਫੀ ਜਮਾਣੀ ਆ ਉਹਨੂੰ ਆਪਾਂ ਘਿਓ ਦੇ ਨਾਲ ਗਰੀਸ ਕਰ ਲਾਂਗੇ। ਚੰਗੇ ਤਰੀਕੇ ਨਾਲ ਚਾਰੋਂ ਸਾਈਡ ਤੋਂ ਗਰੀਸ ਕਰਨਾ ਹੈ। ਘਿਓ ਦੇ ਨਾਲ ਗਰੀਸ ਕਰੂੰਗੇ ਤਾਂ ਵਧੀਆ ਬਰਫੀ ਜਿਹੜੀ ਹੈ ਜਲਦੀ ਨਿਕਲ ਜਾਂਦੀ ਹੈ ਬਾਹਰ, ਟੁੱਟਦੀ ਨਹੀਂ ਹੈਗੀ। ਤੇਲ ਦੇ ਨਾਲ ਵੀ ਕਰ ਸਕਦੇ ਹੋ ਪਰ ਉਹਦੀ ਜਿਹੜੀ ਥੋੜੀ ਥੋੜੀ ਸਮੈਲ ਆ ਜਾਂਦੀ ਬਰਫੀ ਦੇ ਵਿੱਚ ਤੇਲ ਦੀ। ਚੰਗੇ ਤਰੀਕੇ ਨਾਲ ਚਾਰੋਂ ਸਾਈਡ ਤੋਂ ਗਰੀਸ ਕਰ ਲਾਂਗੇ। ਡੱਬੇ ਨੂੰ ਮੈਂ ਚੰਗੇ ਤਰੀਕੇ ਨਾਲ ਚਾਰੋਂ ਸਾਈਡ ਤੋਂ ਗਰੀਸ ਕਰ ਲਿਆ, ਇਹਨੂੰ ਹੁਣ ਆਪਾਂ ਸਾਈਡ ਤੇ ਰੱਖਾਂਗੇ।
ते अपना मिक्सचर भी चेक कर लेने हैं। मिक्सचर नूं मैं थाली दे विच कट लिया सी, इह छूण लायक ठंडा हो गया है, तुसीं देख सकते हो, ते पहला नालों जिहड़ा गाढ़ा भी हो गया है। मिक्सचर साडा परफेक्ट बनिया है, जे नहीं उहदे लई आपां की करांगे, इस तरीके नाल थोड़ा जिहा मिक्सचर हाथ च लैके इहदी इस तरीके नाल आपां गोली बना के देखांगे। जे जिहड़ी इस तरीके नाल गोली बनदी पई है, इहदा मतलब जिहड़ा साडा मिक्सचर है बिलकुल चंगे तरीके नाल तैयार है बन के। हुण आपां की करांगे, इहनूं तीन हिस्सिआं दे विच आपां डिवाइड करना है, क्योंकि आपां तिरंगा बर्फी बनानी है। तिन्ना नूं इक्वल पार्ट्स दे विच मैं वंड लिया है। एक नूं आपां बिल्कुल ऐसे तरीके नाल सफेद रहन देना है, एक नूं आपां हरा कलर पावांगे, एक दे विच, एक दे विच आपां पावांगे केसरी कलर। हुण सब तों पहला आपां पावांगे ग्रीन कलर, इह मैं फूड कलर लिया है, ते इहनूं मैं एक चम्मच पानी दे विच जिहड़ा मिक्स कर लिया है, इह पा दांगे, ते हत्थ दे नाल चंगे तरीके नाल मिक्स कर लैणा। हरा रंग चंगे तरीके नाल मैं मिक्स कर दिता है, तुसी देख सकते हो कितना वधिया कलर आया। इहनूं आपां साइड ते रखांगे, दूसरा मिक्सचर लवांगे, इहदे विच आपां पाउणा है केसरी कलर। इसे तरीके नाल मैं जलेबियां दा कलर लैके उहनूं थोड़े जिहे पानी दे विच मिक्स कर लिया है, मिक्स कर दांगे इहनूं भी चंगे तरीके नाल। ते जदों आपां कलर दे विच पानी पाउणा है, तुसी खास ध्यान रखना है कि पानी बिल्कुल थोड़ा जिहा पाउणा, एक तो दो बूंद, नहीं तो की होगा कि जिहड़ा साडा मिक्सचर है इह बहुत ज्यादा पतला पतला हो जाऊगा। होर पावांगे थोड़ा जिहा कलर, ते मिक्स कर लांगे चंगे तरीके। हरा ते केसरी कलर जिहड़े मैं मिक्स कर ले आ, ते एक पार्ट जिहड़ा आपां वाइट ही रहिण दित्ता है, तुसी देख सकदे हो किन्ने वधिया लगदे पए देखण नूं। हुण आपां जिहड़ा डब्बा जिहड़ा आपां ग्रीस करके रख्या सी उह लवांगे, ते इह जिहड़ा आपां ग्रीन डो जिहड़ा बनाया है इहनूं इहदे विच रखांगे, ते इस तरीके दे नाल हत्थ दे नाल जां इस तरीके दा तुहाडे कोल जिहड़ा इह चम्मच हैगा तां इहदे नाल वी तुसी इस तरीके नाल सैट कर सकदे हो। देखो ये हरे वाले पार्ट नूं जिहड़ा मैं चंगे तरीके नाल इहनूं मैं इहदे विच प्रेस कर लिया चम्मच दे नाल, देख सकते हो बिल्कुल ईवन साइड्स जिहड़ियां तुसीं देख सकते हो बिल्कुल बराबर रखियां हैं। हुण इह जिहड़ा आपां वाइट वाला पार्ट आ इह लवांगे, इहनूं पहलां हत्थ दे नाल थोड़ा चपटा कर लेना है इस तरीके दे नाल। देखो इस तरीके नाल मैं इहनूं थोड़ा चपटा कर लिया। इहनूं चपटा आपां इस लई करना क्योंकि जे आपां इक्को थां ते रख के उहनूं फिर चम्मच दे नाल फैलावांगे तां जिहड़ा इह थल्ले आपां हरे वाला पार्ट सैट कीता है तां ओह खराब हो जाऊगा। इस तरीके नाल आपां पहलां थोड़ा जिहा इहनूं फैला के फिर आपां इहनूं चम्मच दे नाल बिल्कुल हल्के हत्थां दे नाल इहनूं जिहड़ा फैला देना चारों साइड। वाइट वाले डो नूं वी जिहड़ा आ मैं चंगे तरीके नाल तुसीं देख सकदे हो इस तरीके नाल इहनूं फैला दित्ता है, ते तुसीं देख सकदे हो दोनों लेयर्स जिहड़ियां किन्नियां वधिया लगदियां पए देखण नूं। हुण आपां लवांगे केसरी कलर, इहनूं वी पहलां आपां हत्थ दे उपर फैला लैणा है इस तरीके दे नाल। इस तरीके नाल मैं हत्थ दे नाल इहनूं डो नूं पहलां फैला लिया है, डब्बे दे विच रख दांगे। फ्रेंड्स जे तुहाडे कोल इस तरीके दा चम्मच नहीं हैगा ਤਾਂ ਕੋਈ ਵੀ ਕਟੋਰੀ ਤਾਂ ਜਿਹੜੀ ਘਰਾਂ ਦੇ ਵਿੱਚ ਆਮ ਹੁੰਦੀ ਹੈ ਜਿਹੜੀ ਇਸ ਤਰੀਕੇ ਨਾਲ ਥੱਲਿਓ ਜਿਹੜੀ ਆ ਪਲੇਨ ਹੋਵੇ ਉਹਦੇ ਨਾਲ ਵੀ ਤੁਸੀਂ ਇਸ ਤਰੀਕੇ ਨਾਲ ਇਹਨੂੰ ਫੈਲਾ ਸਕਦੇ ਹੋ। ਦੇਖੋ ਕਿੰਨਾ ਵਧੀਆ ਇਹਦੇ ਨਾਲ ਵੀ ਹੁੰਦਾ ਪਿਆ ਹੈ। ਕੇਸਰੀ ਲੇਅਰ ਵੀ ਜਿਹੜੀ ਚੰਗੇ ਤਰੀਕੇ ਨਾਲ ਮੈਂ ਫੈਲਾ ਦਿੱਤੀ ਹੈ, ਤੁਸੀਂ ਦੇਖ ਸਕਦੇ ਹੋ ਤਿੰਨੋਂ ਲੇਅਰਸ ਕਿੰਨੀਆਂ ਵਧੀਆ ਲੱਗਦੀਆਂ ਪਈਆਂ ਦੇਖਣ ਨੂੰ। ਹੁਣ ਆਪਾਂ ਕੀ ਕਰਾਂਗੇ, ਇਹ ਮੈਂ ਥੋੜੇ ਜਿਹੇ ਬਦਾਮ ਲਏ ਆ, ਇਹਨਾਂ ਨੂੰ ਬਿਲਕੁਲ ਬਰੀਕ ਕੱਟ ਲਿਆ ਹੈ, ਬਿਲਕੁਲ ਆਪਸ਼ਨਲ ਆ, ਤੁਸੀਂ ਚਾਹੋ ਤਾਂ ਇਹਨੂੰ ਐਸੇ ਤਰੀਕੇ ਨਾਲ ਵੀ ਖਾ ਸਕਦੇ ਹੋ। ਡਰਾਈ ਫਰੂਟਸ ਮੈਂ ਉੱਪਰ ਪਾਤੇ ਆ, ਇਹਨੂੰ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਪ੍ਰੈਸ ਕਰ ਦੇਣਾ ਤਾਂ ਕਿ ਜਦੋਂ ਆਪਾਂ ਬਰਫੀ ਨੂੰ ਕੱਟੀਏ ਤਾਂ ਡਰਾਈ ਫਰੂਟਸ ਜਿਹੜੇ ਆ ਇਹ ਬਾਹਰ ਨਾ ਨਿਕਲਣ। ਹੁਣ ਆਪਾਂ ਕੀ ਕਰਾਂਗੇ, ਇਸ ਤਰੀਕੇ ਦਾ ਕੋਈ ਵੀ ਲਿਫਾਫਾ ਜਾਂ ਪੋਲੀਥੀਨ ਲੈ ਕੇ ਇਹਦੇ ਉੱਪਰ ਰੱਖਣਾ ਆ, ਤੇ ਇਹਨੂੰ ਆਪਾਂ ਬੰਦ ਕਰ ਦੇਣਾ ਹੈ। ਬੰਦ ਕਰਕੇ ਬਰਫੀ ਨੂੰ ਆਪਾਂ 20 ਮਿੰਟ ਲਈ ਫ੍ਰੀਜ਼ਰ ਦੇ ਵਿੱਚ ਰੱਖਣਾ ਆ। ਇਸ ਤਰੀਕੇ ਨਾਲ ਲਿਫਾਫਾ ਰੱਖਣ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਆਪਾਂ ਇਹਨੂੰ ਫ੍ਰੀਜ਼ਰ ਦੇ ਵਿੱਚ ਰੱਖਦੇ ਹਾਂ ਜਿੱਥੇ ਬਰਫ਼ ਜਮਾਉਂਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਆ ਬਰਫ਼ ਨਹੀਂ ਜੰਮਦੀ ਹੈਗੀ, ਬਰਫ਼ੀ ਦੇ ਉੱਪਰ ਬਰਫ਼ ਨਹੀਂ ਜੰਮੂਗੀ। ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਬੰਦ ਕਰਕੇ 20 ਮਿੰਟ ਲਈ ਫ੍ਰੀਜ਼ਰ ਦੇ ਵਿੱਚ ਰੱਖ ਦਾਂਗੇ। ਬਰਫ਼ੀ ਨੂੰ ਫ੍ਰਿਜ ਵਿੱਚ ਰੱਖੇ ਹੋਏ 30 ਮਿੰਟ ਹੋ ਗਏ ਸੀ, ਹੁਣ ਮੈਂ ਇਹਨੂੰ ਕੱਢ ਲਿਆ ਆ, ਖੋਲ ਕੇ ਚੈੱਕ ਕਰ ਲੈਂਦੇ ਹਾਂ। ਦੇਖੋ ਚੰਗੇ ਤਰੀਕੇ ਨਾਲ ਬਰਫ਼ੀ ਜਿਹੜੀ ਸਾਡੀ ਸੈੱਟ ਹੋ ਗਈ ਆ, ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੋਲੋ ਦਿਖਾਉਂਦੀ ਹਾਂ ਮੈਂ ਤੁਹਾਨੂੰ, ਬਿਲਕੁਲ ਵੀ ਇਹਦੇ ਉੱਪਰ ਬਰਫ਼ ਨਹੀਂ ਜੰਮੀ ਹੈਗੀ। ਦੇਖੋ ਇਹਦੀ ਕੱਲੀ ਕੱਲੀ ਲੇਅਰ ਜਿਹੜੀ ਦਿਖਦੀ ਪਈ ਆ, ਤਿੰਨੋਂ ਲੇਅਰ ਜਿਹੜੀਆਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਲੱਗਦੀਆਂ ਪਈ ਦੇਖਣ ਨੂੰ। ਹੁਣ ਆਪਾਂ ਕੀ ਕਰਾਂਗੇ, ਇਸ ਤਰੀਕੇ ਨਾਲ ਥੋੜਾ ਜਿਹਾ ਇਹਨੂੰ
साइड्स जिहड़ियां है वो छुड़ा लांगे। देखो किन्ने वधिया तरीके ने इहदियां साइड्स जिहड़ियां ने छड्ड दित्तियां क्योंकि आपां घिओ लगाया सी। हुण आपां की करांगे, एक प्लेट लवांगे, इहदे उपर घी इस तरीके नाल रख के हल्का जिहा टैप कर दांगे ताकि जिहड़ी बर्फी है चंगे तरीके नाल निकल जाए। बर्फी नूं मैं डब्बे दे विचों कढ लिया है, तुसीं देख सकदे हो बड़े आराम दे नाल निकल गई क्योंकि आपां डब्बे नूं जिहड़ा घिओ आ बिलकुल सही तरीके नाल चंगे तरीके नाल लगाया सी। हुण मैं इहनूं सीधा कर लिया है, देख सकते हो कली कली लेयर जिहड़ी आ दिखदी पई है, किन्नी वधिया लगदी पई देखण नूं। ते हुण आपां इहनूं कट लांगे, हुण आपां बर्फी नूं कट लांगे। बर्फी नूं कट्टण दे लई आपां कोई तिक्खी करद लै लैणी है, इस तरीके नाल आपां प्रैशर दे के इहनूं कट लैणा। तुसी देख सकते हो किन्ने आराम दे नाल इह कट हुंदी पई है। तुसी अपने हिसाब दे नाल छोटे वड्डे पीस इहदे कर लैणे आ। इसे तरीके नाल आपां इस साइड नूं भी कट लांगे। एक पीस मैं तुहानूं चक्के दिखाउंदी आं, देखो किन्नी वधिया है, देखो अंदर तक चंगे तरीके नाल जम्मी है। फिनिशिंग तुसी देख सकते हो चारों साइड तो किन्नी वधिया आई है। इसे तरीके नाल आपां सारी बर्फी जिहड़ी कट लांगे। हुण तिरंगा बर्फी नूं मैं प्लेट दे विच कढ लिया है, तुसी देख सकते हो किन्नी वधिया बन के तैयार होई है। कली कली लेयर जिहड़ी है इहदी चंगे तरीके नाल दिखदी पई है। तुसी इहनूं बिना कलर दे भी बना सकते हो, टेस्ट दे विच कोई फर्क नहीं आऊगा। तुसी इहनूं वाइट भी रख सकते हो। सो इसे तरीके नाल तुसी भी आजादी दे दिहाड़े ते बनायो ते खायो। वीडियो चंगी लगी तां वीडियो लाइक करियो, शेयर करियो ते कमेंट करके जरूर दस्सियो कि रेसिपी किहो जिही लगी। जे चैनल ते पहली बार आए तो चैनल नूं सबसक्राइब जरूर करियो, बेल आइकन प्रेस करके ऑल दी ऑप्शन ते भी क्लिक जरूर करियो तां कि आने वाले वीडियो दे नोटिफिकेशन सब तो पहला थानू मिल सकन। वीडियो देखने लई तुहाडा बहुत बहुत धन्यवाद।